ਸਰਕਾਰੀ ਮੇਰੇ ਤੱਕ ਆ ਸਕਦੀ ਹੈ ਜਿਹਦੇ ਰਿਸੋਰਸਿਸ ਲਿਮਿਟਿਡ ਨੇ। ਇਹ ਸਰਕਾਰੀ ਦਰਬਾਰਿਆਂ ਤੱਕ ਅਦਾਰਿਆਂ ਤੱਕ ਜਾਣਕਾਰੀ ਨਹੀਂ ਪਹੁੰਚੀ ਹੋਊਗੀ। ਹਰਿਆਣੇ ਦੇ DGP ਦਾ ਜਿਹੜਾ ਕਲੇਮ ਹੈ ਕਿ ਸਿਰਫ ਰਬੜ ਬੁਲੇਟਸ ਯੂਜ਼ ਕੀਤੀਆਂ, ਉਹਨੂੰ ਝੁਠਲਾਇਆ ਜਾ ਸਕਦਾ ਅਤੇ ਇਹਨਾਂ ਨੂੰ ਸਿੰਪਲੀ ਆਨਸਰੇਬਲ ਬਣਾਇਆ ਜਾ ਸਕਦਾ ਕਿ ਇਹ ਕੀ ਹੋ ਰਿਹਾ। ਇਸ ਵੇਲੇ ਉਹਦੀ ਜਾਨ ਮਾਨ ਨੂੰ ਖਤਰਾ ਆ, ਜਿਹਨੂੰ ਕਹਿੰਦੇ ਆ ਬੋਰੇ 'ਚ ਪਾ ਕੇ ਪੁਲਿਸ ਵਾਲੇ ਲੈ ਗਏ ਆ ਹਰਿਆਣਾ ਪੁਲਿਸ ਦੇ, ਜਿਹਦੇ ਸਿਰ 'ਚ ਡਾਂਗਾਂ ਮਾਰੀਆਂ, ਬਾਹਾਂ ਟੁੱਟ ਗਈਆਂ, ਲੱਤਾਂ 'ਤੇ ਫੈਟਲ ਇੰਜਰੀਜ਼ ਨੇ। ਪ੍ਰਿਤਪਾਲ ਸਿੰਘ ਸਨ ਆਫ ਦਵਿੰਦਰ ਸਿੰਘ, ਪਿੰਡ ਨਵਾਂ ਗਾਓਂ, ਤਹਿਸੀਲ ਮੋਣਕ, ਜ਼ਿਲ੍ਹਾ ਸੰਗਰੂਰ। ਇਸ ਨੌਜਵਾਨ ਨੂੰ ਰੋਹਤਕ ਦੇ PGI ਨੇ ਕਹਿੰਦੇ ਜਵਾਬ ਦੇ ਦਿੱਤਾ ਅਤੇ ਇਹਨੂੰ ਉਹਨਾਂ ਨੇ ਇੱਥੇ ਲੁਧਿਆਣੇ ਰੈਫਰ ਕਰ ਦਿੱਤਾ। ਅਤੇ ਆਪਣੇ ਜਿਹੜੇ ਸੀਨੀਅਰ ਰੈਂਕ ਦੇ ਔਫਿਸਰਸ ਨੇ, ਮੇਰੇ ਕੋਲ ਕਾਫੀ ਕੁਛ ਜਾਣਕਾਰੀ ਹੈ ਜਿਹੜੀ ਕਈ ਵਾਰ ਜਿਹੜੇ ਜਾਬਤੇ 'ਚ ਹੁੰਦੇ ਆ ਬੰਦੇ ਨਹੀਂ ਕਰ ਸਕਦੇ, ਉਹਨਾਂ ਦੇ ਪੈਰਾਂ ਤੱਕ ਚਟੀਅਰ ਸ਼ੈਲ ਵੱਜੇ ਆ। ਕਾਫੀ ਮੀਡੀਆ ਦੇ ਜ਼ਰੀਏ ਤੁਸੀਂ ਫੁਟੇਜਸ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਕਿਵੇਂ ਉੱਥੇ ਮੂਕ ਦਰਸ਼ਕ ਜਿਹੜੀ ਆਪਾਂ ਕਹਿ ਸਕਦੇ ਹਾਂ ਬਣ ਕੇ ਖੜੀ ਹੋਈ ਹੈ, ਮੇਕ ਸਪੈਕਟੇਟਰਸ ਜਿਹੜੇ ਹੁੰਦੇ ਨੇ। ਇਹ ਕਮੇਡੀ ਨਹੀਂ ਹੈਗੀ ਦੇਖੋ, ਇਸ ਵੇਲੇ ਇਹ ਟ੍ਰੈਜਡੀ ਹੈ ਜਿਹੜੀ ਇਸ ਵੇਲੇ ਪੰਜਾਬ ਨਾਲ ਹੋ ਰਹੀ ਹੈ। ਸਾਡਾ ਜਿਹੜਾ ਕਿੱਤਾ ਆ, ਕਿਰਤ ਆ, ਉਹ ਭੰਡ ਪੁਣਾ ਨਹੀਂ ਹੈਗਾ। ਅਸੀਂ ਫੀਲਡ ਦੇ ਵਿੱਚ ਖੜ੍ਹੇ ਹਾਂ। ਇਹ ਟੀਅਰ ਸ਼ੈਲ ਪ੍ਰੋਪਰ ਐਕਸਪਲੋਡ ਕਰਕੇ ਅਤੇ ਉਹਦੇ ਮਲਟੀਪਲ ਥਾਵਾਂ ਦੇ ਉੱਤੇ ਇੰਜਰੀਜ਼ ਕਰ ਦਿੰਦੇ ਆ, ਫ੍ਰੈਕਚਰ ਜਿਹੜੇ ਆ ਉਹਦੇ ਹੋ ਜਾਂਦੇ ਆ, ਓਪਰੇਟ ਹੁੰਦਾ ਨੌਜਵਾਨ। ਉੱਥੇ ਤੱਕ ਸੀਮਤ ਨਹੀਂ ਰਹਿ ਜਾਂਦੀ ਗੱਲ, ਉਹਨੂੰ ਓਪਰੇਸ਼ਨ ਜਿਹੜਾ ਉਹਦਾ ਪਰਫੋਰਮ ਕਰਨਾ ਪੈਂਦਾ ਕਿਉਂਕਿ ਮਲਟੀਪਲ ਇੰਜਰੀਜ਼ ਨੇ। ਐਡਾ ਕੁ ਜ਼ਿਆਦਾ ਤਸ਼ੱਦਦ ਹੋ ਰਿਹਾ, ਹਰ ਇੱਕ ਬੰਦੇ ਤੋਂ ਇੱਕ ਨਵੀਂ ਗੱਲ ਮਿਲਦੀ ਆ। ਅਤੇ ਇਸ ਤੋਂ ਪਹਿਲਾਂ ਜਿਵੇਂ ਮੈਂ ਤੁਹਾਡੇ ਨਾਲ ਜਾਣਕਾਰੀ ਕਿਸੇ ਮੈਨੂੰ ਮੀਡੀਆ ਹਾਊਸ ਨੇ ਸ਼ੇਅਰ ਕੀਤੀ ਸੀ ਕਿ ਇੱਕ ਸੀਨੀਅਰ ਕਮਾਂਡੈਂਟ ਰੈਂਕ ਦੇ ਔਫਿਸਰ ਦੇ ਪੈਰਾਂ 'ਚ ਟੀਅਰ ਸ਼ੈਲ ਵੱਜਿਆ ਆ ਗਈ। ਕਈ ਜੰਗਾਂ ਜਿੱਤਣ ਹਾਰਨ ਲਈ ਨਹੀਂ, ਆਪਣਾ ਵਜੂਦ ਦਿਖਾਉਣ ਲਈ ਲੜੀਆਂ ਜਾਂਦੀਆਂ। ਕਿਸਾਨ ਅੰਦੋਲਨ ਦੀ ਸ਼ੁਰੂਆਤ 13 ਤਰੀਕ ਤੋਂ ਹੁੰਦੀ ਹੈ ਅਤੇ ਇਸ ਅੰਦੋਲਨ ਦੀ ਸ਼ੁਰੂਆਤ ਦੇ ਵਿਚਕਾਰ ਕੁਝ ਅਜਿਹੀਆਂ ਘਟਨਾਵਾਂ ਹੁਣ ਤੱਕ ਹੋਈਆਂ। ਇੱਕ ਕਿਸਾਨ ਜਿਸਦੀ ਗੋਲੀ ਲੱਗਣ ਕਾਰਨ ਜੋ ਦਾਅਵੇ ਕੀਤੇ ਜਾ ਰਹੇ ਨੇ ਕਿ ਜਾਨ ਜਾਂਦੀ ਹੈ, ਕਈਆਂ ਦੇ ਲੱਤਾਂ 'ਚੋਂ ਪੈਰਾਂ 'ਚੋਂ ਗੋਲੀਆਂ ਕ੍ਰੋਸ ਹੋਈਆਂ ਨੇ, ਵੱਖੋ ਵੱਖਰੇ ਦਾਅਵੇ ਨੇ, ਇਹਨਾਂ ਵਿਚਕਾਰ ਮੈਡੀਕਲ ਰਿਪੋਰਟ ਸਾਹਮਣੇ ਆਈਆਂ ਨੇ। ਉਹ ਰਿਪੋਰਟਸ ਕੀ ਕਹਿ ਰਹੀਆਂ ਨੇ, ਟੀਅਰ ਗੈਸ ਕਿੰਨੀਆਂ ਕੁ ਜ਼ਿਆਦਾ ਘਾਤਕ ਸਾਬਤ ਹੋ ਰਹੀਆਂ ਨੇ, ਇਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਵਕੀਲ ਗੁਰਮੋਹਨਪ੍ਰੀਤ ਮੌਜੂਦ ਨੇ। ਵਕੀਲ ਸਾਹਿਬ, ਲਗਾਤਾਰ ਸਵਾਲ ਹੋ ਰਹੇ ਸੀ, ਇੱਕ ਪਾਸਿਓਂ ਸਰਕਾਰ ਵਾਲੇ ਪੱਖ ਤੋਂ ਸੁਣ ਰਹੇ ਹਾਂ, ਹਰਿਆਣਾ ਪੁਲਿਸ ਟਵੀਟ ਕਰ ਜਾਂਦੀ ਆ ਕਹਿੰਦੇ ਕਿ ਸਾਡੇ ਵੱਲੋਂ ਕੋਈ ਵੀ ਅਜਿਹੀ ਚੀਜ਼ ਨਹੀਂ ਵਰਤੀ ਜਾ ਰਹੀ ਜਿਹਦੇ ਨਾਲ ਹਿਊਮਨ ਲਾਈਫ ਨੂੰ ਜਿਹੜਾ ਕੋਈ ਖਤਰਾ ਪੈਦਾ ਹੋ ਸਕੇ, ਸਿਰਫ ਉਹੀ ਚੀਜ਼ਾਂ ਨੇ ਜਿਹੜੀਆਂ ਅਮੂਮਨ ਭੀੜ ਨੂੰ ਕਾਬੂ ਕਰਨ ਲਈ ਵਰਤ ਰਹੇ ਹਾਂ, ਪਰ ਤੁਸੀਂ ਜਿਸ ਤਰੀਕੇ ਨਾਲ ਦਾਅਵੇ ਕਰ ਰਹੇ ਹੋ, ਤੁਹਾਡੇ ਦਾਅਵੇ ਕੀ? ਦੇਖੋ, ਮੇਰੇ ਕੋਲ ਪ੍ਰੋਪਰ ਸਬੂਤ ਆ ਚੁੱਕੇ ਆ। ਮੈਂ DGP ਪੰਜਾਬ ਸਾਹਿਬ ਨੂੰ ਇੱਕ ਇਲਸਟ੍ਰੇਟਿਵ ਲਿਸਟ ਦਿੱਤੀ ਹੈ, ਕਨਕਲੂਸਿਵ ਲਿਸਟ ਨਹੀਂ, ਕਿਉਂਕਿ 100 ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਕਿਸਾਨ ਜਿਹੜੇ ਨੇ ਫੱਟੜ ਜਿਹੜੇ ਆ, ਉਹ ਇਨ ਹੰਡਰਡਸ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਜਿਨ੍ਹਾਂ ਦੀ ਇਸ ਵੇਲੇ ਅੱਗੋਂ ਫਿਊਚਰ ਮੈਨੀਫੈਸਟੇਸ਼ਨ 'ਚ ਵੀ ਥਰੈਟ ਆ, ਜਿਸ ਤਰੀਕੇ ਨਾਲ ਜੋ ਕੁਝ ਹੋ ਰਿਹਾ ਆ। ਅਤੇ ਉਹਦੇ ਵਿੱਚ ਇਹਨੂੰ ਆਪਾਂ ਰੀਪ੍ਰਜੈਂਟੇਸ਼ਨ ਕਹਾਂਗੇ, ਇਨ ਲੀਗਲ ਟਰਮੀਨੋਲੋਜੀਸ, ਫੋਰ ਕ੍ਰਿਮੀਨਲ ਰਿਟ ਪਟੀਸ਼ਨ, ਕਿਉਂਕਿ ਸਾਨੂੰ ਮਜਬੂਰ ਹੋ ਕੇ ਫਿਰ ਇੱਕੋ ਰੁੱਖ ਕਰਨਾ ਪਏਗਾ, ਕਿਉਂਕਿ ਕੱਲ੍ਹ ਹੀ CM ਸਾਹਿਬ ਦੀ ਜਿਹੜੀ ਹੈ ਉਹ PC ਤੁਸੀਂ ਦੇਖੀ ਹੋਣੀ ਹੈ। ਅਤੇ ਆਮ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਬਹੁਤ ਭੋਲੇ ਨੇ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਅਸੀਂ ਐਕਸ਼ਨ ਲਵਾਂਗੇ। ਜਿਹਨੇ ਐਕਸ਼ਨ ਲੈਣਾ ਹੁੰਦਾ, ਇਹ ਟਾਈਮਲੀ ਐਕਸ਼ਨ ਲੈਣ ਵਾਲੀ ਚੀਜ਼ ਆ, ਦਹਾਕੇ ਲੰਘ ਜਾਂਦੇ ਨੇ, ਇਨਸਾਫ ਨਹੀਂ ਮਿਲਦਾ।
ਸੋ ਇੱਥੇ ਕੀ ਹੈ, ਤਿੰਨ ਸਾਡੇ ਕੋਲ ਇਹੋ ਜਿਹੇ ਜਿਹੜੇ ਜ਼ਖਮੀ ਕਿਸਾਨ ਨੇ, ਜੋ ਅਸੀਂ ਟਰਮੀਨੋਲੋਜੀ ਯੂਜ਼ ਕੀਤੀ ਆ, ਵਿਕਟਿਮਸ ਨੇ, ਕਿਉਂਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਸਾਫ਼ ਤੌਰ 'ਤੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਬੈਠੇ ਸ਼ਾਂਤਮਈ ਕਿਸਾਨਾਂ 'ਤੇ ਜਿਸ ਤਰੀਕੇ ਨਾਲ ਅਟੈਕ ਹੋ ਰਿਹਾ ਬਾਰਡਰਸ 'ਤੇ, ਇੱਦਾਂ ਅਟੈਕ ਤੁਸੀਂ ਖੁਦ ਅੰਦਾਜ਼ਾ ਇਸ ਲਈ ਲਾ ਸਕਦੇ ਜੇ ਪਹਿਲਾਂ ਹੀ ਜਿਹੜਾ ਸਾਡਾ ਨੌਜਵਾਨ ਹੈ 23 ਸਾਲ ਦਾ ਨੌਜਵਾਨ ਹੈ ਮਹਿਜ਼ ਪਾਣੀ ਪਿਆ ਰਿਹਾ ਉੱਥੇ, ਭਾਈ ਘਨੱਈਆ ਜੀ ਜਿਵੇਂ ਪਾਣੀ ਪਿਆਉਂਦੇ ਆ ਜੰਗ ਦੇ ਵਿੱਚ, ਉਹ ਪਾਣੀ ਪਿਆ ਰਿਹਾ ਜ਼ਖਮੀ ਕਿਸਾਨਾਂ ਨੂੰ, ਉਹਦੀ ਲੱਤ ਨੂੰ ਟਾਰਗੇਟ ਕਰਕੇ ਉਹਦੇ ਉੱਤੇ ਟੀਅਰ ਸ਼ੈੱਲ ਹੈ ਜਿਹੜਾ, ਇਹ ਟੀਅਰ ਸ਼ੈੱਲ ਇੱਦਾਂ ਦੇ ਨਹੀਂ ਹੈਗੇ ਜਿਹੜੇ ਇਕੱਲਾ ਧੂੰਆਂ ਛੱਡਦੇ ਆ, ਐਕਸਪਲੋਡ ਹੋ ਜਾਂਦੇ ਆ, ਫਟਦੇ, ਠੀਕ ਹੈ ਜੀ, ਇਹ ਟੀਅਰ ਸ਼ੈੱਲ ਪ੍ਰੋਪਰ ਐਕਸਪਲੋਡ ਕਰਕੇ ਅਤੇ ਉਹਦੇ ਮਲਟੀਪਲ ਥਾਵਾਂ ਦੇ ਉੱਤੇ ਇੰਜਰੀਜ਼ ਕਰ ਦਿੰਦੇ ਆ, ਫ੍ਰੈਕਚਰ ਜਿਹੜੇ ਆ ਉਹਦੇ ਹੋ ਜਾਂਦੇ ਆ, ਓਪਰੇਟ ਹੁੰਦਾ ਨੌਜਵਾਨ, ਉੱਥੇ ਤੱਕ ਸੀਮਤ ਨਹੀਂ ਰਹਿ ਜਾਂਦੀ ਗੱਲ, ਉਹਨੂੰ ਓਪਰੇਸ਼ਨ ਜਿਹੜਾ ਉਹਦਾ ਪਰਫਾਰਮ ਕਰਨਾ ਪੈਂਦਾ ਕਿਉਂਕਿ ਮਲਟੀਪਲ ਇੰਜਰੀਜ਼ ਨੇ, ਅਤੇ ਸਿਰਫ ਇੱਕ ਟੀਅਰ ਸ਼ੈੱਲ ਲੱਗਣ ਕਰਕੇ, ਇੱਕ ਟੀਅਰ ਸ਼ੈੱਲ ਲੱਗਣ ਕਰਕੇ ਮੈਡੀਕਲ ਰਿਪੋਰਟਸ ਲੈਣ ਨੂੰ ਸਾਨੂੰ ਥੋੜ੍ਹੀ ਔਖਿਆਈ ਆਈ ਆ। ਤੁਸੀਂ ਦੇਖਿਆ ਕਿ ਸਾਨੂੰ ਮੀਡੀਆ ਦੇ ਰੂਬਰੂ ਹੋਣਾ ਪਿਆ ਕਿ ਸਮਝ ਨਹੀਂ ਸੀ ਆ ਰਹੀ ਕਿ ਮੈਡੀਕਲ ਰਿਪੋਰਟਸ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ, ਇਹ ਤਾਂ ਹੱਕ ਹੁੰਦਾ। ਦੂਜਾ ਕੇਸ ਹੈ ਜਸਕਰਨ ਸਿੰਘ ਦਾ, ਇਹ ਤੁਸੀਂ ਇਸ ਲਈ ਬਹੁਤ ਕਰੂਸ਼ੀਅਲ ਚੀਜ਼ ਆ ਕਿ 18 ਸਾਲ ਦਾ ਨੌਜਵਾਨ ਹੈ, ਮਹਿਜ਼ 18 ਸਾਲ ਦਾ, ਤੁਹਾਡੇ ਨਾਲ ਮੈਂ ਫੁਟੇਜਿਸ ਵੀ ਵੀਡੀਓਜ਼ ਵੀ ਸਾਂਝੀਆਂ ਕਰ ਦੇਣਾ ਜਿਹੜੇ ਅਸੀਂ DGP ਸਾਹਿਬ ਨੂੰ ਦਸਤਾਵੇਜ਼ ਲਾਏ ਨੇ। ਇਹਦੀ ਬਾਂਹ ਦੇ ਵਿੱਚੋਂ ਦੀ ਇੱਕ ਤੁਸੀਂ ਜ਼ਖਮ ਦੇਖ ਕੇ ਖੁਦ ਅੰਦਾਜ਼ਾ ਲਾ ਲਓ ਕਿ ਜੋ ਇਹ ਕਹਿ ਰਿਹਾ ਕਿ ਓਰੀਜਨਲ SLR ਬੁਲੇਟ ਹੈ ਜਿਹੜੀ, ਉਹ ਇਸ ਤਰੀਕੇ ਦਾ ਜਿਹੜਾ ਜ਼ਖਮ ਹੈ ਉਹ ਕਰ ਸਕਦੀ, ਰਬੜ ਬੁਲੇਟਸ ਨਹੀਂ ਕਰਦੀਆਂ, ਆਰ ਪਾਰ ਹੋ ਗਈ ਹੈ ਗੋਲੀ ਫੋਰ ਆਰਮ 'ਚੋਂ ਇਹਦੀ 'ਚੋਂ, ਅਤੇ ਉਹ ਗੋਲੀ ਪੀਅਰਸ ਕਰਕੇ ਲੰਘ ਗਈ ਹੈ। ਜੇ ਉਹ ਇਹਦੇ ਕਿਸੇ ਵਾਈਟਲ ਔਰਗੈਨ 'ਤੇ ਵੱਜੇ 315 ਬੋਰ ਦੀ ਬੁਲੇਟ, ਤਾਂ ਕੀ ਹਾਲਤ ਹੁੰਦੀ ਹੈ ਕਿ ਹੋਰ ਆਪਾਂ ਡਾਇਰੈਕਟ ਟੈਂਟਾਮਾਊਂਟੇਸ਼ਨ ਆਫ IPC 307 ਕਿਹਨੂੰ ਕਹਾਂਗੇ। ਵਕੀਲ ਸਾਹਿਬ, ਜਿਹੜੀ ਇਹ ਤੁਸੀਂ ਇਹ ਦਾਅਵਾ ਕਰ ਰਹੇ ਹੋ ਕਿ ਬੁਲੇਟ ਜਿਹੜੀ ਲੱਗ ਕੇ ਨਿਕਲੀ ਆ ਬਾਂਹ ਦੇ ਵਿੱਚ ਦੀ ਆਰ ਪਾਰ ਹੋਈ ਆ, ਉਹ ਰਿਪੋਰਟਸ ਕਹਿ ਰਹੀਆਂ ਨੇ ਕਿ ਉਹ ਬੁਲੇਟ ਹੈ। ਤੁਸੀਂ ਦੇਖੋ, ਮੈਂ ਤੁਹਾਨੂੰ ਇੱਕ ਜ਼ਖਮ ਦਿਖਾ ਦਿੰਦਾ ਅਤੇ ਤੁਸੀਂ ਉਹਦੇ ਨਾਲ, ਇਹ ਬੇਸਿਕਲੀ ਐਕਸਪਰਟਸ ਦਾ ਕੰਮ ਹੁੰਦਾ, ਇਹ ਕੰਮ ਹੁੰਦਾ ਸਰਕਾਰਾਂ ਦਾ, ਸਰਕਾਰਾਂ ਲੱਭ ਨਹੀਂ ਰਹੀਆਂ, ਹੁਣ ਸਰਕਾਰਾਂ ਅੱਗੇ ਅਸੀਂ ਤੱਥ ਪੇਸ਼ ਕੀਤੇ ਨੇ, ਤੁਸੀਂ ਆਹ ਦੇਖੋ, ਠੀਕ ਹੈ, ਨਾਲ ਹੀ ਤੁਸੀਂ ਰਿਪੋਰਟਸ ਵੀ ਪੜ੍ਹ ਲਓ, ਤੁਸੀਂ ਰਿਪੋਰਟਸ ਵੀ ਪੜ੍ਹ ਲਓ ਨਾਲ ਦੀ ਨਾਲ ਹੀ, ਆ ਇੰਜਰੀਜ਼ ਪੜ੍ਹ ਲਓ ਕਿਸ ਕਿਸਮ ਦੀਆਂ ਨੇ, ਲੈਸੀਰੇਸ਼ਨ ਕਿਵੇਂ ਪਰਫੋਰਮ ਹੋਈ ਹੈ, ਸਭ ਕੁਛ ਜਿਹੜਾ ਆ ਗ੍ਰੀਵਸ ਹਾਰਟ ਜਿਹੜਾ ਹੁੰਦਾ ਆ ਉਹ ਕੀ ਹੁੰਦਾ ਉਹ ਦੇਖ ਲਓ, ਆਹ ਦੇਖ ਲਓ, ਡੇਂਜਰਸ ਐਂਡ ਪੈਂਡਿੰਗ ਫੋਰ ਓਬਜ਼ਰਵੇਸ਼ਨ, ਅਤੇ ਇਹ ਬੰਦੇ ਨੂੰ ਆਹ ਦੇਖੋ, ਕਾਇੰਡ ਆਫ ਵੈਪਨ ਯੂਜ, ਸ਼ਾਰਪ ਬਲੰਟ, ਫਾਇਰ ਆਰਮ, ਫਾਇਰ ਪੋਜੀਸ਼ਨ ਐਟਸੈਕਟਰਾ, ਇਹ ਇਸ਼ਾਰੇ ਮਾਤਰ ਹੀ ਗੱਲਾਂ ਹੁੰਦੀਆਂ। ਸੋ ਇੱਥੇ ਸਭ ਤੋਂ ਪਹਿਲਾਂ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ, ਆਮ ਨੌਜਵਾਨ ਹੀ ਹੱਥਾਂ 'ਚ ਖੋਲ ਚੱਕ ਕੇ ਫਿਰਦੀ ਪਈ ਆ, 12 ਬੋਰ ਦੇ, 315 ਬੋਰ ਦੇ, ਸਾਰਾ ਕੁਛ ਚੱਕ ਕੇ ਫਿਰ ਰਹੇ ਆ, ਉਹ ਆਮ ਬੰਦੇ ਜਿਹੜੇ ਆ ਉਹ ਫਰਜ਼ ਬਣਦਾ ਸੀ ਸਰਕਾਰ ਦਾ ਕਿ ਬੈਲਿਸਟਿਕ ਰਿਪੋਰਟ ਪ੍ਰਪੇਅਰ ਹੁੰਦੀ, ਐਵੀਡੈਂਸ ਤਾਂ ਕੱਲ੍ਹ ਨੂੰ ਖੁਰਦ ਬੁਰਦ ਹੋ ਜੂਗੀ, ਇਹ ਕਹਿੰਦੇ ਆ ਕਿ ਇਨਸਾਫ਼ ਹੋਊਗਾ। ਇਹਨਾਂ ਚੀਜ਼ਾਂ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਚੀਜ਼ ਹੁੰਦੀ ਹੈ ਟਾਈਮਲੀ ਐਵੀਡੈਂਸ ਨੂੰ ਪ੍ਰਿਜ਼ਰਵ ਕਰਨਾ ਹੁੰਦਾ, ਫਿਰ ਮੈਡੀਕਲ ਰਿਪੋਰਟਸ ਨੂੰ ਪ੍ਰਿਜ਼ਰਵ ਕਰਨਾ ਹੁੰਦਾ, ਕਿਉਂਕਿ ਮਾੜਾ ਜਿਹਾ ਫੈਕਟ ਦੇ ਨਾਲ ਕੁਛ ਹੋ ਗਿਆ। ਹੁਣ ਮੇਰੇ ਕੋਲ ਲੇਟੈਸਟ ਜਿਹੜੀ ਚੀਜ਼ ਆਈ ਹੈ, ਤੁਸੀਂ ਦੇਖੋਗੇ ਕਿ ਜਿਹੜਾ ਤੁਸੀਂ ਨੌਜਵਾਨ ਬਾਰੇ ਸੁਣ ਰਹੇ ਹੋ, ਮਹਿਜ਼ 32 ਸਾਲ ਦਾ ਇੱਕ ਨੌਜਵਾਨ ਹੈ, ਮੈਂ ਉਹਦੀ ਜਾਣਕਾਰੀ ਤੁਹਾਡੇ ਚੈਨਲ 'ਤੇ ਇਸ ਲਈ ਸ਼ੇਅਰ ਕਰ ਰਿਹਾ ਕਿਉਂਕਿ ਇਸ ਵੇਲੇ ਉਹਦੀ ਜਾਨ ਮਾਨ ਨੂੰ ਖਤਰਾ ਆ, ਜਿਹਨੂੰ ਕਹਿੰਦੇ ਆ ਬੋਰੇ 'ਚ ਪਾ ਕੇ ਪੁਲਿਸ ਵਾਲੇ ਲੈ ਗਏ ਆ ਹਰਿਆਣਾ ਪੁਲਿਸ ਦੇ, ਜਿਹਦੇ ਸਿਰ 'ਚ ਡਾਂਗਾਂ ਮਾਰੀਆਂ, ਬਾਹਾਂ ਟੁੱਟ ਗਈਆਂ, ਲੱਤਾਂ 'ਤੇ ਫੈਟਲ ਇੰਜਰੀਜ਼ ਨੇ। ਪ੍ਰਿਤਪਾਲ ਸਿੰਘ, ਸਨ ਆਫ ਦਵਿੰਦਰ ਸਿੰਘ,
ਪਿੰਡ ਨਵਾਂਗਾਓਂ ਤਹਿਸੀਲ ਮੂਣਕ ਜ਼ਿਲ੍ਹਾ ਸੰਗਰੂਰ ਇਹ ਮੈਨੂੰ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਉਹਨਾਂ ਦੀ ਜਥੇਬੰਦੀ ਉੱਥੇ ਜ਼ਖਮੀ ਕਿਸਾਨਾਂ ਦਾ ਇਲਾਜ ਕਰਾ ਰਹੀ ਹੈ ਜਾਂ ਪੈਰਵਾਈ ਕਰ ਰਿਹਾ ਉਹਨਾਂ ਦੇ ਕਾਨੂੰਨੀ ਹੱਕਾਂ ਦੀ ਅਸੀਂ ਠੀਕ ਹੈ ਜੀ ਇਸ ਨੌਜਵਾਨ ਨੂੰ ਰੋਹਤਕ ਦੇ ਪੀ ਜੀ ਆਈ ਨੇ ਕਹਿੰਦੇ ਜਵਾਬ ਦੇ ਦਿੱਤਾ ਅਤੇ ਇਹਨੂੰ ਉਹਨਾਂ ਨੇ ਇੱਥੇ ਲੁਧਿਆਣੇ ਰੈਫਰ ਕਰ ਦਿੱਤਾ ਪਰ ਇਹਦੇ ਉੱਤੇ 307 ਦਾ ਪਰਚਾ ਪਾ ਕੇ ਇਹਨੂੰ ਉੱਥੋਂ ਆਉਣ ਨਹੀਂ ਦਿੱਤਾ ਜਾ ਰਿਹਾ ਜੇ ਇਹ ਜਾਣਕਾਰੀ ਮੇਰੇ ਤੱਕ ਆ ਸਕਦੀ ਹੈ ਜਿਹਦੇ ਰਿਸੋਰਸਿਸ ਲਿਮਿਟਿਡ ਨੇ ਇਹ ਸਰਕਾਰੀ ਦਰਬਾਰਿਆਂ ਤੱਕ ਅਦਾਰਿਆਂ ਤੱਕ ਜਾਣਕਾਰੀ ਨਹੀਂ ਪਹੁੰਚੀ ਹੋਊਗੀ ਸੋ ਇਹ ਚੀਜ਼ਾਂ ਨੇ ਫਿਰ ਇਕਨੋਮਿਕ ਟਾਈਮਸ ਰਿਪੋਰਟ ਕਰਦੀ ਹੈ ਮੈਂ ਲਿਖਿਆ ਡੀ ਜੀ ਪੀ ਸਾਹਿਬ ਨੂੰ ਕਿ 21 ਸਾਲ ਦਾ ਜਿਹੜਾ ਸਾਡਾ ਨੌਜਵਾਨ ਜਿਹੜਾ ਸ਼ਹੀਦ ਕੀਤਾ ਤੁਸੀਂ ਦੂਜੀਆਂ ਪੁਲਿਸ ਫੋਰਸਿਸ ਨੇ ਕਿਉਂਕਿ ਇੱਕ ਨਹੀਂ ਕਿੰਨੇ ਮੌਕੇ ਦੇ ਜਿਹੜੇ ਗਵਾਹ ਨੇ ਜੇ ਆਪਾਂ ਗੱਲ ਕਰੀਏ ਜਿਹੜੇ ਇਹ ਤੱਥਾਂ ਨੂੰ ਇੱਧਰ ਲੈ ਕੇ ਜਾ ਰਹੇ ਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਇਕਨੋਮਿਕ ਟਾਈਮਸ ਨੇ ਕਵਰ ਕੀਤਾ ਸਾਰਾ ਕੁਛ ਅਤੇ ਜਿਹੜੀ ਇੰਜਰੀ ਹੈ ਇਕਨੋਮਿਕ ਟਾਈਮਸ ਲਿਖਦੀ ਆ ਉਹਦੇ ਵਿੱਚ ਕਿ ਇਹ ਐਪਰੀਹੈਂਸ਼ਨਸ ਨੇ ਜਿਹੜੀਆਂ ਜਾਂ ਜੋ ਕੁਛ ਵੀ ਲਿਖਦੇ ਹਾਂ ਪਰ ਜਿਹੜੀ ਇਹ ਫੈਟਲ ਇੰਜਰੀ ਹੈੱਡ 'ਚ ਆਏ ਕਾਫੀ ਹੱਦ ਤੱਕ ਚਾਂਸਿਸ ਨੇ ਜਿਹੜੇ ਮੈਡੀਕਲ ਰਿਪੋਰਟ ਜੋ ਸੁਜੈਸਟ ਕਰ ਰਹੀਆਂ ਬੁਲੇਟ ਦੀ ਆ ਉਹਦੇ 'ਚ ਤਾਂ ਮੈਡੀਕਲ ਰਿਪੋਰਟਸ ਤਾਂ ਸਾਫ਼ ਆ ਗਿਆ ਬੁਲੇਟ ਆ ਗਿਆ ਉਸ ਤੋਂ ਪਹਿਲਾਂ ਹੀ ਅਸੀਂ ਇਹ ਡਰ ਜਿਤਾ ਰਹੇ ਸੀਗੇ ਸੋ ਇਸ ਸਟੇਟ ਦੇ ਵਿੱਚ ਜੋ ਕੁਛ ਬਾਹਰ ਦੇ ਬੰਦੇ ਐਟਰੋਸਿਟੀਜ਼ ਕਰ ਰਹੇ ਆ ਹਰਿਆਣਾ ਦੇ ਆ ਕੇ ਪੰਜਾਬ 'ਚ ਉਹ ਇੱਕ ਅਲੱਗ ਪਹਿਲੂ ਹੈ ਜੋ ਯੂਨੀਅਨ ਆਫ ਇੰਡੀਆ ਦਾ ਰਿਸਪੋਂਸ ਹੈ ਉਹ ਇੱਕ ਅਲੱਗ ਪਹਿਲੂ ਹੈ ਅਤੇ ਇਹਦੇ ਵਿੱਚ ਜਿਹੜਾ ਟੋਨ ਐਂਡ ਟੈਨਰ ਪੰਜਾਬ ਸਟੇਟ ਦਾ ਕਿ ਉਹ ਆਪਣੇ ਲੋਕਾਂ ਦੇ ਵੱਲ ਜਿਸ ਤਰੀਕੇ ਨਾਲ ਕੈਲਸ ਹੋ ਗਈ ਆ ਠੀਕ ਹੈ ਮਹਿਜ਼ ਗੱਲਾਂ ਕੀਤੀਆਂ ਜਾ ਰਹੀਆਂ ਕੰਮ ਨਹੀਂ ਹੋ ਰਿਹਾ ਮੈਂ ਤੁਹਾਡੇ ਜ਼ਰੀਏ ਹੁਣ ਵੀ ਇਹ ਕਹਿੰਦਾ ਕਿ ਇਹ ਜਿਹੜੇ ਡਾਕੂਮੈਂਟਸ ਨੇ ਤਿੰਨ ਤੋਂ ਹੀ ਬਹੁਤ ਕੁਛ ਪਤਾ ਲੱਗ ਸਕਦਾ ਇੱਕ ਮਹਿਜ਼ ਜਸਕਰਨ ਸਿੰਘ ਤੋਂ ਹਰਿਆਣੇ ਦੇ ਡੀ ਜੀ ਪੀ ਦਾ ਜਿਹੜਾ ਕਲੇਮ ਹੈ ਕਿ ਸਿਰਫ ਰਬੜ ਬੁਲੇਟਸ ਯੂਜ਼ ਕੀਤੀਆਂ ਉਹਨੂੰ ਝੁਠਲਾਇਆ ਜਾ ਸਕਦਾ ਅਤੇ ਇਹਨਾਂ ਨੂੰ ਸਿੰਪਲੀ ਆਨਸਰੇਬਲ ਬਣਾਇਆ ਜਾ ਸਕਦਾ ਕਿ ਇਹ ਕੀ ਹੋ ਰਿਹਾ ਤੁਹਾਨੂੰ ਲੱਗਦਾ ਕਿ ਲਗਾਤਾਰ ਜਿਵੇਂ ਤੁਸੀਂ ਇਹ ਸਵਾਲ ਚੁੱਕ ਲਿਆ ਹੈ ਕਿ ਇਸ ਨੂੰ ਲੈ ਕੇ ਡੀ ਜੀ ਪੀ ਪੰਜਾਬ ਨੂੰ ਲਿਖਿਆ ਗਿਆ ਡੀ ਜੀ ਪੀ ਪੰਜਾਬ ਦੇ ਵੱਲੋਂ ਹਜੇ ਤੱਕ ਕਿਸੇ ਕਿਸਮ ਦਾ ਤੁਹਾਨੂੰ ਰਿਵਰਟ ਆਇਆ ਇਸ ਦੇ ਉੱਤੇ ਜਿਹੜੀ ਤੁਸੀਂ ਹਲੇ ਤਾਂ ਨਹੀਂ ਆਇਆ ਜੀ ਹਲੇ ਨਹੀਂ ਆਇਆ ਲੱਗਦਾ ਆਊਗਾ ਦੇਖੋ ਉਮੀਦ ਤਾਂ ਦੁਨੀਆ ਕਾਇਮ ਆ ਅਸੀਂ ਆਪਣਾ ਕੰਮ ਕਰ ਦਿੱਤਾ ਹੁਣ ਉਹ ਦੇਖਣ ਜੇ ਬਾਈ ਚਾਂਸ ਡੀ ਜੀ ਪੀ ਤੁਹਾਡੇ ਮੀਡੀਆ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਵੱਡੇ ਅਫਸਰ ਨੇ ਹੋ ਸਕਦਾ ਉਹਨਾਂ ਦੇ ਰਜੇਵੇਂ ਨੇ ਵੈਸੇ ਤਾਂ ਇੱਥੇ ਸਭ ਤੋਂ ਪਹਿਲਾਂ ਇੱਕ ਰਜੇਵਾਂ ਹੀ ਹੋਣਾ ਚਾਹੀਦਾ ਸੀ ਜਿਹੜੀ ਪੂਰੀ ਸਟੇਟ ਦੀ ਤੁਹਾਨੂੰ ਕਮਾਂਡ ਫੜਾਈ ਗਈ ਹੈ ਉਹਦੇ ਲੋਕ ਹੀ ਇਸ ਤਰੀਕੇ ਨਾਲ ਖਤਰੇ 'ਚ ਨੇ ਜੇ ਤੁਸੀਂ ਉਹਨਾਂ ਦੀ ਜਾਨ ਮਨ ਨੂੰ ਹੀ ਇੱਦਾਂ ਸੇਫ ਨਹੀਂ ਕਰ ਪਾ ਰਹੇ ਤੁਹਾਡੇ ਆਪਣੇ ਜਿਹੜੇ ਸੀਨੀਅਰ ਰੈਂਕ ਦੇ ਆਫੀਸਰਸ ਨੇ ਮੇਰੇ ਕੋਲ ਕਾਫੀ ਕੁਛ ਜਾਣਕਾਰੀ ਹੈ ਜਿਹੜੀ ਕਈ ਵਾਰ ਜਿਹੜੇ ਜਾਬਤੇ 'ਚ ਹੁੰਦੇ ਆ ਬੰਦੇ ਨਹੀਂ ਕਰ ਸਕਦੇ ਉਹਨਾਂ ਦੇ ਪੈਰਾਂ ਤੱਕ ਚਟੀਅਰ ਸ਼ੈਲ ਵੱਜੇ ਆ ਕਾਫੀ ਮੀਡੀਆ ਦੇ ਜ਼ਰੀਏ ਤੁਸੀਂ ਫੁਟੇਜਸ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਕਿਵੇਂ ਉੱਥੇ ਮੁੱਖ ਦਰਸ਼ਕ ਜਿਹੜੀ ਆਪਾਂ ਕਹਿ ਸਕਦੇ ਹਾਂ ਬਣ ਕੇ ਖੜੀ ਹੋਈ ਹੈ ਮੇਕ ਸਪੈਕਟੇਟਰਸ ਜਿਹੜੇ ਹੁੰਦੇ ਨੇ ਕੱਲ੍ਹ ਜੋ ਕੁਝ ਹੋਇਆ ਜਿਸ ਤਰ੍ਹਾਂ ਖਨੌਰੀ ਬਾਰਡਰ 'ਤੇ ਹੋਇਆ ਉੱਥੋਂ ਬਹੁਤ ਸਵਾਲ ਉੱਠੇ ਖਾਸ ਤੌਰ ਦੇ ਉੱਤੇ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਚੁੱਕੇ ਕਹਿੰਦੇ ਕਿ ਸਿਰਫ ਲੰਗਰ ਖਾਣ ਲਈ ਸਾਡੇ ਕੋਲ ਆਉਂਦਾ ਸੀ ਪਰ ਜਦੋਂ ਸਾਨੂੰ ਬਚਾਉਣ ਦੀ ਲੋੜ ਪਈ ਕਿਹਾ ਜਾ ਰਿਹਾ ਸੀ ਕਿ ਤੁਹਾਨੂੰ ਪ੍ਰੋਟੈਕਟ ਕਰਨ ਦੇ ਲਈ ਖੜੇ ਹਾਂ ਪਰ ਕਹਿੰਦੇ ਜਦੋਂ ਆ ਕੇ ਸਾਨੂੰ ਕੁੱਟਿਆ ਗਿਆ ਤਾਂ ਸਾਨੂੰ ਪ੍ਰੋਟੈਕਟ ਨਹੀਂ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਵੀ ਪੰਜਾਬ ਪੁਲਿਸ ਦਾ ਫੇਲੀਅਰ ਹੈ ਦੇਖੋ ਹੁਣ ਮੈਨੂੰ ਤੁਹਾਡੇ ਤੋਂ ਹੀ ਜਾਣਕਾਰੀ ਮਿਲ ਰਹੀ ਆ ਕਿਉਂਕਿ ਐਡਾ ਕੁ ਜ਼ਿਆਦਾ ਤਸ਼ੱਦਦ ਹੋ ਰਿਹਾ ਹਰ ਇੱਕ ਬੰਦੇ ਤੋਂ ਇੱਕ ਨਵੀਂ ਗੱਲ ਮਿਲਦੀ ਆ ਅਤੇ ਇਸ ਤੋਂ ਪਹਿਲਾਂ ਜਿਵੇਂ ਮੈਂ ਤੁਹਾਡੇ ਨਾਲ ਜਾਣਕਾਰੀ ਕਿਸੇ ਮੈਨੂੰ ਮੀਡੀਆ ਹਾਊਸ ਨੇ ਸ਼ੇਅਰ ਕੀਤੀ ਸੀ ਕਿ ਇੱਕ ਸੀਨੀਅਰ ਕਮਾਂਡੈਂਟ ਰੈਂਕ ਦੇ ਆਫੀਸਰ ਦੇ
ਪੈਰਾਂ 'ਚ ਟੀਅਰ ਸ਼ੈਲ ਵੱਜਿਆ ਆ ਕੇ, ਅਤੇ ਇੱਕ ਤੁਸੀਂ ਨਵੀਂ ਜਾਣਕਾਰੀ ਜਿਹੜੀ ਆ ਉਹ ਤੁਸੀਂ ਸਾਂਝੀ ਕਰ ਦਿੱਤੀ, ਅਤੇ ਮੈਨੂੰ ਲੱਗਦਾ ਇਹ ਚੀਜ਼ਾਂ ਕਾਫੀ ਨੇ ਲੋਕਾਂ ਤੱਕ ਮੈਸੇਜ ਦੇਣ ਦੇ ਲਈ ਵੀ ਕਿਸ ਤਰੀਕੇ ਗੁੰਮਰਾਹ ਕੀਤਾ ਜਾ ਰਿਹਾ, ਅਤੇ ਸਾਡੇ ਜਿਹੜੇ ਲੋਕ ਨੇ ਉਹ ਵੀ ਸਮਝਦੇ ਨੇ। ਤੁਸੀਂ ਮਤਲਬ ਸੋਸ਼ਲ ਮੀਡੀਆ ਦੀ ਜੇ ਆਪਾਂ ਗੱਲ ਕਰੀਏ, ਤੁਸੀਂ ਥੱਲੇ ਜਦੋਂ ਆਪਣਾ CM ਸਾਹਿਬ ਦਾ ਆਇਆ ਸਾਰਾ ਕੁਛ, ਅਤੇ ਲੋਕਾਂ ਦੇ ਤੁਸੀਂ ਬਿਆਨ ਪੜ੍ਹ ਸਕਦੇ ਹੋ, ਅਤੇ ਇਹ ਉਹੀ ਨੇ ਜਿਹੜੇ ਮਤਲਬ ਇਹ ਕਮੇਡੀ ਨਹੀਂ ਹੈਗੀ ਦੇਖੋ ਇਸ ਵੇਲੇ, ਇਹ ਟ੍ਰੈਜਡੀ ਹੈ ਜਿਹੜੀ ਇਸ ਵੇਲੇ ਪੰਜਾਬ ਨਾਲ ਹੋ ਰਹੀ ਹੈ। ਅਤੇ ਸਾਡਾ ਜਿਹੜਾ ਕਿੱਤਾ ਆ ਕਿਰਤ ਆ ਉਹ ਭੰਡ ਪੁਣਾ ਨਹੀਂ ਹੈਗਾ, ਅਸੀਂ ਫੀਲਡ ਦੇ ਵਿੱਚ ਖੜ੍ਹੇ ਹਾਂ, ਅਸੀਂ ਇਸ ਵੇਲੇ ਲੋਕਾਂ ਨੂੰ ਜਿਹੜੀ ਹੈ ਲੀਗਲ ਬੈਟਲ ਹੈ ਜਿਹੜੀ ਉਹਦੇ ਵਿੱਚ ਹੈਲਪ ਰਿਸਟ੍ਰੇਨ ਜੋ ਕੁਛ ਵੀ ਇੱਥੇ ਹੋ ਰਿਹਾ ਕਿ ਇਹ ਕੋਈ ਸਿਵਿਲ ਗੱਲ ਨਹੀਂ ਰਹਿ ਗਈ ਹੁਣ, ਸਿਵਿਲ ਲਿਬਰਟੀਜ਼ ਤਾਂ ਕਦੋਂ ਦੀਆਂ ਕਰਾਸ਼ ਸੀ, ਇਹ ਹੁਣ ਉਹਨਾਂ ਦੀ ਰਾਈਟ ਟੂ ਲਾਈਫ ਤੱਕ ਨੂੰ ਖੋਇਆ ਜਾ ਰਿਹਾ। ਇਸ ਤੋਂ ਅਗਲੀ ਕਾਰਵਾਈ ਕੀ ਹੋਊਗੀ, ਇਸ ਤੋਂ ਅਗਲਾ ਕਦਮ ਕੀ ਹੋਏਗਾ ਜੇ DGP ਸਾਹਿਬ ਇਸ ਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਦਿੰਦੇ, ਕੋਈ ਇੱਥੇ ਐਕਸ਼ਨ ਨਹੀਂ ਹੁੰਦਾ, ਅਗਲੀ ਕਾਰਵਾਈ ਕੀ ਕਰੂਗੀ? ਦੇਖੋ ਫਿਰ ਮਜਬੂਰ ਹੋ ਕੇ ਇੱਕੋ ਹੀ ਆ, ਫਿਰ ਜਿੰਨੇ ਵੀ ਡਿਫੈਂਸ ਮਕੈਨਿਜ਼ਮਸ ਲਾਅ ਮਕੈਨਿਜ਼ਮਸ ਹੈਗੇ ਨੇ ਮਾਣਯੋਗ ਹਾਈ ਕੋਰਟ ਦੇ ਵਿੱਚ, ਹੈ ਨਾ, ਕ੍ਰਿਮੀਨਲ ਰਿਟ ਪਟੀਸ਼ਨ ਦਾ ਪ੍ਰਧਾਨ ਹੈ ਜਿਹੜਾ ਐਸ ਪਰ 482 CRPC, ਅਤੇ ਅੱਗੋਂ ਦੀ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਜਿੱਥੇ ਜਿੱਥੇ ਰਾਈਟ ਟੂ ਲਾਈਫ ਦੇ ਉੱਤੇ ਹੀ ਬੇਅਰ, ਹੈ ਨਾ, ਕਾਫੀ ਕੁਛ ਆ, ਹੈ ਨਾ, ਟੂ ਅਰਲੀ ਟੂ ਕਮੈਂਟ ਅਪੋਨ। ਪਰ ਮੇਨ ਗੱਲ ਇਹ ਹੈ ਕਿ ਜੋ ਕੁਛ ਇਹ ਕਰਦੇ ਪਏ ਆ ਇਹਦੇ ਨਾਲ ਨਾਲ ਸਾਡੇ ਕੋਲ ਹੋਰ ਡਾਕੂਮੈਂਟ ਜਦ ਤੱਕ ਆਉਣਗੇ ਕਿ ਇਹ ਸੱਚ ਜਿਹੜਾ ਆ ਲੋਕਾਂ ਨੂੰ ਦੱਸਾਂਗੇ ਜ਼ਰੂਰ, ਇਹ ਸੱਚ ਜਿਹੜਾ ਜੁਡੀਸ਼ਰੀ ਸਾਹਮਣੇ ਲੈ ਕੇ ਜ਼ਰੂਰ ਆਵਾਂਗੇ। ਪਰ ਦੁਖਾਂ 'ਤੇ ਇੱਥੇ ਇੱਕ ਬਾਬਾ ਆਖ ਰਿਹਾ ਸੀਗਾ ਬਜ਼ੁਰਗ, ਅਤੇ ਕਹਿੰਦਾ ਪੁੱਤਰਾ ਕੋਈ ਗੱਲ ਨਹੀਂ, ਕਈ ਜੰਗਾਂ ਜਿੱਤਣ ਹਾਰਨ ਲਈ ਨਹੀਂ ਆਪਣਾ ਵਜੂਦ ਦਿਖਾਉਣ ਲਈ ਲੜੀਆਂ ਜਾਂਦੀਆਂ, ਤਾਂ ਇੱਥੇ ਆਪਣਾ ਵਜੂਦ ਦਿਖਾਉਣਾ ਹੀ ਕਿ ਜਿੰਨਾ ਇੰਨਾ ਤਸ਼ੱਦਦ ਹੋਇਆ ਉਹਦੇ ਬਾਵਜੂਦ ਕਿੰਨੀ ਬਹਾਦਰੀ ਦੇ ਨਾਲ। ਮੈਂ ਇੱਥੇ ਹੀ ਐਂਡ ਅਪ ਕਰੂੰਗਾ ਕਿ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਕਿਉਂਕਿ ਦੁਬਾਰਾ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਕਾਨੂੰਨ ਇਹ ਕਲੋਨੀਅਲ ਸਿਸਟਮ ਹੈ, ਕਾਨੂੰਨ ਬਦਲਦੇ ਰਹੇ ਆ, ਇਤਿਹਾਸ ਹੋ ਹੀ ਰਿਹਾ, ਠੀਕ ਹੈ, ਇਤਿਹਾਸ ਨੂੰ ਚਲਾਉਣ ਵਾਲੀ ਤਾਕਤ ਹੋ ਹੀ ਰਹੀ ਆ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਮੇਰਾ ਆਖਰੀ ਸਵਾਲ, ਜੇ ਤੁਹਾਡੀ ਇਸ ਫਾਈਲ ਦੇ ਉੱਤੇ ਕਾਰਵਾਈ ਕੋਰਟ ਦੇ ਵੱਲੋਂ ਕਰਾਈ ਜਾਂਦੀ ਹੈ ਜਾਂ ਪੰਜਾਬ ਦੇ DGP ਇਸ ਦੇ ਉੱਤੇ ਕਾਰਵਾਈ ਕਰਦੇ ਨੇ, ਕਿਹੜੇ ਕਿਹੜੇ ਤੁਹਾਡੀ ਇਸ ਰਿਪੋਰਟ ਦੇ ਅਧੀਨ ਆ ਕੇ ਕਿਹਨਾਂ ਕਿਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ? ਦੇਖੋ ਇਸ ਰਿਪੋਰਟ ਦੇ ਅਧੀਨ ਆ ਕੇ ਪੂਰੇ ਦੇ ਪੂਰੇ ਹਰਿਆਣਾ ਪੁਲਿਸ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਅਕਾਊਂਟੇਬਲ ਠਹਿਰਦੇ ਆ, ਪੈਰਾਮਿਲਟਰੀ ਠਹਿਰਦੀ ਆ। ਇਹ ਤਾਂ ਨਹੀਂ ਤੁਸੀਂ ਅਨੋਨੀਮਸ ਕਹਿ ਕੇ ਕਿਸੇ 'ਤੇ ਵੀ ਕੰਪਲੇਂਟ ਕਰ ਦਿਓ। ਹੁਣ ਹਾਲ ਹੀ ਦੇ ਵਿੱਚ ਕੱਲ੍ਹ ਦੀਆਂ ਹੋਰ ਫੁਟੇਜ ਸਾਡੇ ਕੋਲ ਆਈਆਂ ਜਿਹਦੇ 'ਚ ਤੁਸੀਂ ਉਹ ਦੇਖ ਸਕਦੇ ਹੋ ਕਿ SLR ਜਿਹੜੀ ਆ ਏਮ ਕਰਕੇ ਉਹ ਖੇਤਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ। ਹੋਰ ਜਿਵੇਂ ਵੀ ਦਸਤਾਵੇਜ਼ ਆਉਣਗੇ, ਮਜਬੂਰੀ ਕਹਿ ਲਓ, ਦੁਖਾਂਤ ਕਹਿ ਲਓ, ਉਹ ਐਵੀਡੈਂਸ ਪ੍ਰੀਜ਼ਰਵ ਨਹੀਂ ਹੋ ਰਹੀ। ਜਦੋਂ ਤੱਕ ਜੋ ਜੋ ਵੀ ਬਣਦਾ ਹੋਊਗਾ ਅੱਗੇ ਕਰਾਂਗੇ, ਅਤੇ ਇਸ ਇਨਸਾਫ ਦੀ ਜਿਹੜੀ ਜੰਗ ਆ ਇਹਨੂੰ ਜਾਰੀ ਰੱਖਾਂਗੇ। ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਅਤੇ ਪਰ ਇਹ ਜ਼ਰੂਰ ਹੈ ਜਿਸ ਤਰੀਕੇ ਦੇ ਕੱਲ੍ਹ ਦੇ ਹਾਲਾਤ ਰਹੇ ਨੇ ਉਸ ਤੋਂ ਬਾਅਦ ਇਹ ਲਾਈਨਾਂ ਵਾਕਿਆ ਟੁੱਕਣ ਲੱਗੀਆਂ ਕਿ ਖੂਨ ਦੇ ਨਾਲ ਕੀਤੀ ਗਈ ਖੇਤੀ ਦੇ ਵਿੱਚ ਫਸਲਾਂ ਨਹੀਂ ਨਸਲਾਂ ਉੱਗਦੀਆਂ ਨੇ। ਸੋ ਇਸੇ ਤਰੀਕੇ ਦੇ ਹਾਲਾਤ ਅੱਜ ਪੰਜਾਬ ਦੇ ਵਿੱਚ ਬਣੇ ਹੋਏ ਨੇ। ਇਹਨਾਂ ਹਾਲਾਤਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਲੀਗਲ ਲੜਾਈ ਕਰ ਲੜਨ ਦੀ ਤਿਆਰੀ ਹੋ ਚੁੱਕੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਿਸੇ ਵੀ ਪਾਸੇ ਜਦੋਂ ਘੇਰਿਆ ਜਾਂਦਾ ਤਾਂ ਹਰ ਪਾਸਿਓਂ ਉਹਨਾਂ ਨੂੰ ਸੰਭਾਲਣ ਦੇ ਲਈ ਪੰਜਾਬ ਦੇ ਵਿੱਚੋਂ ਨੌਜਵਾਨ ਉੱਠਦੇ ਨੇ। ਇਸੇ ਤਰ੍ਹਾਂ ਐਡਵੋਕੇਟ
ਜਿਹੜੇ ਨੇ ਇਕੱਠੇ ਹੋਏ ਨੇ, ਇੱਕ ਐਡਵੋਕੇਟਸ ਦੀ ਟੀਮ ਇਕੱਠੀ ਹੋਈ ਆ, ਉਹਨਾਂ ਦੇ ਵੱਲੋਂ ਵੀ ਇਸ ਆਧਾਰ ਦੇ ਉੱਤੇ ਜਿਹੜੀਆਂ ਰਿਪੋਰਟਸ ਤਿਆਰ ਕੀਤੀਆਂ ਗਈਆਂ ਨੇ, ਪਰ ਜਿਸ ਤਰ੍ਹਾਂ ਦੇ ਖੁਲਾਸੇ ਇਸ ਰਿਪੋਰਟ ਦੇ ਵਿੱਚ ਹੋਏ ਨੇ, ਇਸ ਤੋਂ ਬਾਅਦ ਇਹ ਸਾਫ਼ ਹੈ ਕਿ ਜੇਕਰ ਪੰਜਾਬ ਦੀ ਸਰਕਾਰ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜਿਸ ਤਰ੍ਹਾਂ ਦੇ ਆਰੋਪ ਪੰਜਾਬ ਦੀ ਸਰਕਾਰ 'ਤੇ ਲੱਗ ਰਹੇ ਨੇ, ਆਮ ਲੋਕ ਉਹਨਾਂ ਆਰੋਪਾਂ ਦੇ ਉੱਤੇ ਕਿਤੇ ਨਾ ਕਿਤੇ ਟਿਕ ਜਾਣਗੇ, ਉਹ ਸੱਚ ਸਮਝਣ ਲੱਗਣਗੇ। ਸੋ ਜ਼ਰੂਰੀ ਹੈ ਕਿ DGP ਸਾਹਿਬ, ਜੇਕਰ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਆ, ਇਸ ਰਿਪੋਰਟਸ ਦੇ ਉੱਤੇ ਕਾਰਵਾਈ ਕਰੋ। ਹਰਿਆਣਾ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਪੰਜਾਬ ਦੇ ਨਾਲ ਕੀਤਾ ਜਾ ਰਿਹਾ, ਉਸ ਦੇ ਉੱਤੇ ਕਾਰਵਾਈ ਪੰਜਾਬ ਦੀ ਜਨਤਾ ਚਾਹੁੰਦੀ ਹੈ।